ਤੁਸੀਂ ਕੀ ਸਮਝਦੇ ਹੋ ਲੱਭੈਕ ਐਵੇਂ ਆ ਗਈ ਸੁੱਤਿਆ ਸੁੱਤਿਆ? ਹਜ਼ੂਰ ਲੋਕਾਂ ਨੂੰ ਗਲਤ ਫਹਿਮੀ ਹੈ ਕਿ ਸੁੱਤਿਆ ਸੁੱਤਿਆ ਕਿਉਂ ਜੀ ਸ਼ਾਹ ਜੀ? ਇਹ ਸ਼ਾਹ ਜੀ ਦੀਆਂ ਜੇਲ੍ਹਾਂ, ਹਾਂਜੀ ਸੱਯਦ ਹੋ ਕੇ ਅਤੇ ਦੁਆ, ਮੈਂ ਇਹਨਾਂ ਨੂੰ ਮਿਲਣ ਗਿਆ ਦਹਿਸ਼ਤਗਰਦੀ ਦੀ ਅਦਾਲਤ 'ਚ, ਮੈਂ ਹੱਥਕੜੀ ਵੇਖ ਕੇ ਅਤੇ ਮੇਰਾ ਅੰਦਰ ਤਾਂ ਇੰਝ ਇੱਕ ਵਾਰੀ ਹਿਲਿਆ, ਲੇਕਿਨ ਮੈਂ ਇਹਨਾਂ ਦੇ ਸਾਹਮਣੇ ਇਹਨਾਂ ਮਹਿਸੂਸ ਕਰ ਲਿਆ ਸੀ ਮੌਲਾਨਾ ਅੰਦਰੋਂ ਬਹੁਤ ਪਰੇਸ਼ਾਨ ਹੋਏ ਮੈਨੂੰ ਵੇਖ ਕੇ, ਲੇਕਿਨ ਸ਼ਾਹ ਜੀ ਮੇਰੇ ਨਾਲ ਗੱਲਾਂ ਇੰਝ ਕੀਤੀਆਂ ਬਈ ਇਹ ਤਾਂ ਕੰਮ ਹੀ ਕੋਈ ਨਹੀਂ ਮੌਲਾਨਾ, ਇਹ ਕਿਹੜਾ ਕੰਮ ਹੈ ਯਾਰ ਹੱਥਕੜੀਆਂ, ਤੂੰ ਐਵੇਂ ਪਰੇਸ਼ਾਨ ਹੋ? ਸਾਡੇ ਉਹ ਮੁੰਡੇ ਜੀ ਕਿਉਂ ਜੀ ਮੌਲਾਨਾ? ਸਾਡੇ ਇੱਕ ਬੱਚਾ ਜਿਹੜਾ ਇੱਥੇ, ਕਿਤਨਾ ਬੜਾ ਇਨਸਾਫ਼ ਹੈ ਯਾਰ ਕਾਇਨਾਤ ਦਾ, ਸ਼ੈਤਾਨ ਤਾਸੀਰ ਦੀਆਂ ਬੱਤੀਆਂ ਬੁਝਾਈਆਂ ਜਿਹਨਾਂ ਮੁੰਡਿਆਂ, 5 ਸਾਲ ਹੋ ਗਏ, 4th ਸਾਲ ਇਸ ਜੇਲ੍ਹ 'ਚ ਬੈਠੇ ਨੇ। ਜੁਰਮ ਸਿਰਫ ਇਤਨਾ ਹੈ ਕਿ 12 ਰਬੀਉਲ ਅੱਵਲ ਸ਼ਰੀਫ ਨੂੰ 4 ਸਾਲ ਪਹਿਲੇ, 12 ਰਬੀਉਲ ਅੱਵਲ ਸ਼ਰੀਫ ਨੂੰ 4 ਜਨਵਰੀ ਸੀ, ਮੁਮਤਾਜ਼ ਕਾਦਰੀ ਜਿਸ ਦਿਨ ਮਾਰਿਆ ਸੀ ਸ਼ੈਤਾਨ ਤਾਸੀਰ ਨੂੰ, ਲਿਬਰਟੀ ਚੌਕ ਉੱਤੇ ਸ਼ਯਾਤੀਨ ਜਮ੍ਹਾਂ ਹੋ ਕੇ ਉਹਦੀ ਤਸਵੀਰ ਚੁੱਕ ਕੇ ਸ਼ੈਤਾਨ ਤਾਸੀਰ ਦੀ ਨਾਰੇ ਲਾ ਰਹੇ ਸਨ ਕਿ ਸ਼ੈਤਾਨ ਤਾਸੀਰ ਤੇਰੇ ਖੂਨ ਸੇ ਇਨਕਲਾਬ ਆਏਗਾ। ਅਸਰ ਤੋਂ ਬਾਅਦ ਦਾ ਟਾਈਮ ਸੀ, ਸਾਡੇ ਬੱਚਿਆਂ ਨੇ ਉਹਨਾਂ ਨੂੰ ਕਿਹਾ ਹਯਾ ਕਰੋ, ਅੱਜ 12 ਰਬੀਉਲ ਅੱਵਲ ਸ਼ਰੀਫ ਹੈ, ਪੂਰੀ ਕਾਇਨਾਤ ਹਜ਼ੂਰ ਦੀ ਆਮਦ ਦੇ ਨਾਰੇ ਲਾ ਰਹੀ, ਤੁਸੀਂ ਗੁਸਤਾਖੇ ਰਸੂਲ ਦੇ ਨਾਰੇ ਲਾ ਰਹੇ ਹੋ। ਉਹਨਾਂ ਦੀਆਂ ਸ਼ਮਾਂ ਜਲ ਰਹੀਆਂ ਸਨ, ਸਾਡੇ ਮੁੰਡਿਆਂ ਨੇ ਬੁਝਾ ਦਿੱਤੀਆਂ। ਪਤਾ ਸਾਡੇ ਕੋਰਟਾਂ ਨੇ ਕਿਤਨਾ ਵੱਡਾ ਇਨਸਾਫ ਕੀਤਾ, ਉਹਨਾਂ ਕਿਹਾ ਗੁਸਤਾਖੇ ਰਸੂਲ ਦੀ ਬੱਤੀ ਬੁਝੀ ਕਿਉਂ ਹੈ 12 ਰਬੀਉਲ ਅੱਵਲ ਸ਼ਰੀਫ ਨੂੰ? 5-5 ਸਾਲ ਵਾਸਤੇ ਉਹਨਾਂ ਮੁੰਡਿਆਂ ਨੂੰ ਅੰਦਰ ਕਰ ਦਿੱਤਾ। ਹਾਂ, ਉਹ ਵੀ ਸਟੂਡੈਂਟ ਬੱਚੇ, ਕੋਈ MBA ਕਰ ਰਹੇ ਸੀ, ਇੱਥੇ ਸਾਰੇ ਦੁਨੀਆਦਾਰ ਬੱਚੇ। ਔਰ ਹਜ਼ੂਰ ਉਹਨਾਂ ਸਬਰ ਔਰ ਇਸਤਿਕਾਮਤ ਕਿਤਨੀ ਹੈ ਕਿ ਇੱਕ ਵਾਲਿਦ ਫੌਤ ਹੁਆ, ਪੁਲਿਸ ਕੀ ਨਿਗਰਾਨੀ ਮੇਂ ਜਬ ਉਸੇ ਲਾਇਆ ਤੋ ਪੁਲਿਸ ਨੇ ਹਮਾਰੇ ਵੋ ਗਲੀ ਕਾ ਅੰਦਰ ਕਹਾ ਕਿ ਕੋਈ ਬੰਦਾ ਨਾਰਾ ਨਹੀਂ ਲਗਾਏਗਾ ਯਹਾਂ, ਆਜ ਤਾ ਵੋ ਬੱਚਾ ਆਏਗਾ, ਜਨਾਜ਼ਾ ਪੜੇਗਾ, ਫਿਰ ਵਾਪਸ ਚਲਾ ਜਾਏਗਾ, ਯਹਾਂ 'ਚ ਬਿਲਕੁਲ ਕਾਨੂੰਨ ਕੀ ਪਾਬੰਦੀ ਕਰਨੀ ਹੈ। ਬੰਦੇ ਸਾਰੇ ਖੜੇ ਸਨ, ਉਹ ਮੁੰਡੇ ਨੂੰ ਦੋਵੇਂ ਹੱਥਕੜੀਆਂ ਲੱਗੀਆਂ ਸਨ ਜਦੋਂ ਆਇਆ ਬਾਪ ਦਾ ਜਨਾਜ਼ਾ ਪੜਨ, ਅਤੇ ਗੱਡੀ ਤੋਂ ਉਤਰਿਆ ਅਤੇ ਕਹਿਣ ਲੱਗਾ ਤਾਜਦਾਰੇ ਖਤਮੇ ਨਾ ਬੋਲ। ਕਿਉਂ ਜੀ? ਜਬਰੋ ਕਾਰ ਨਹੀਂ, ਯੇਸ਼ ਕੋ ਮਸਤੀ ਹੈ। ਹਾਂ, ਯੇਸ਼ ਕੋ ਮਸਤੀ ਹੈ। ਹਾਂ, ਪਿਓ ਦਾ ਜਨਾਜ਼ਾ ਪਿਓ ਹੋਵੇ ਅਤੇ 3 ਸਾਲ ਬੰਦਾ ਜੇਲ੍ਹ 'ਚ ਰਿਹਾ ਹੋਵੇ ਅਤੇ ਪਿਓ ਵੀ ਫੌਤ ਹੋ ਜਾਏ ਜੇਲ੍ਹ 'ਚ ਰਹਿੰਦਿਆਂ, ਅਤੇ ਆ ਕੇ ਸ਼ਿਕਵਾ ਨਾ ਕਰੇ ਮੌਲਾਨਾ ਸਾਨੂੰ ਕੀ ਮਿਲਿਆ, ਹਜ਼ੂਰ ਦੀ ਖਾਤਰ ਜੇਲ੍ਹ 'ਚ ਰਹਿ ਮੁੜ ਕੇ ਪਿਓ ਵੀ ਮਰ ਗਿਆ, ਦੱਸੋ ਸਾਨੂੰ ਇਸਲਾਮ ਨੇ ਕੀ ਦਿੱਤਾ? ਇਹ ਤਾਂ ਇੱਕ ਟਾਈਮ ਰੋਟੀ ਨਾ ਮਿਲੇ ਅਤੇ ਲੋਕ ਇਸਲਾਮ ਦੇ ਸ਼ਿਕਵੇ ਕਰਦੇ ਨੇ, ਲੇਕਿਨ ਗੱਲ ਇੰਝ ਹੀ ਹੈ ਕਿ ਜਿਹਨਾਂ ਵਾਸਤੇ ਉਹਨਾਂ ਕੰਮ ਕੀਤਾ ਉਹ ਮਾਲਕ ਫਿਰ ਕੰਢ ਤਾਂ ਨਹੀਂ ਨਾ ਲੱਗਣ ਦਿੰਦੇ, ਉਹ ਤਾਂ ਤਖਤਾਦਾਰ ਉੱਤੇ ਵੀ ਮੁਮਤਾਜ਼ ਕਾਦਰੀ ਦੀਆਂ ਟੰਗਾਂ ਨਹੀਂ ਕੰਬਣ ਦਿੰਦੇ। ਫਰਮਾਇਆ ਮੁਮਤਾਜ਼ ਉੱਤੇ ਤਾਂ ਵੇਖਣਾ, ਜਦੋਂ ਮੁਮਤਾਜ਼ ਅੰਜ ਉੱਤੇ ਵੇਖ ਕੇ ਮੁਸਕਰਾ ਪਿਆ, ਕਹਿਣ ਲੱਗਾ ਬਸ ਹਜ਼ੂਰ ਯਹੀ ਦੇਖਣਾ ਥਾ ਕਿ ਆਪ ਆ ਗਏ, ਅਬ ਦੇਖੋ ਜ਼ਰਾ ਲੱਭਿਆ ਕਨਾਰਾ ਕੈਸੇ ਆਤਾ ਹੈ, ਬਸ ਇਤਨੀ ਬਾਤ। ਕਿਉਂ ਜੀ? ਅਭੀ ਤਾਂ ਉਸਕੀ ਦਾੜੀ ਵੀ ਨਹੀਂ ਆਈ ਥੀ, 3 ਸਾਲ ਜੇਲ੍ਹ ਕੇ ਅੰਦਰ ਰਹਿਣੇ ਕੇ ਬਾਅਦ ਬਾਪ ਕਾ ਜਨਾਜ਼ਾ ਪੜਾ ਹੋ, ਪੁਲਿਸ ਕੀ ਨਿਗਰਾਨੀ ਮੇਂ ਜਨਾਜ਼ਾ ਪੜਨੇ ਆਏ ਤੋ ਰੋਨੇ ਕੇ ਬਜਾਏ ਬਾਪ ਕੋ ਦੇਖ ਕਰ ਲੱਭੈ ਕਾ ਨਾਰਾ ਲਗਾ ਦੇ, ਤਾਂ ਫਿਰ ਗੱਲ ਤਾਂ ਕੋਈ ਹੈ ਨਾ ਜਿਹੜੀ ਉਹਨੇ ਵੇਖੀ ਹੋਈ। ਮੈਂ ਤਾਂ ਹਜ਼ੂਰ ਬੜੇ ਬੜੇ ਲੋਕਾਂ ਨੂੰ ਡੁੱਲਦਿਆਂ ਵੇਖਿਆ, ਬੜੇ ਬੜੇ ਲੋਕਾਂ ਦਾ ਸਬਰ ਦਾ ਇਸਤਿਕਾਮਤ ਦਾ ਜਿਹੜਾ ਹੱਥ ਖਤਮ ਹੋ ਜਾਂਦਾ ਬੜੇ ਬੜੇ ਹਾਦਸਾਤ 'ਚ, ਅਤੇ ਬਾਪ ਦਾ ਲਾਸ਼ ਵੇਖ ਕੇ ਉਹਨਾਂ ਕਿਹਾ ਜੀ ਮੈਂ ਤਾਂ ਉੱਥੇ ਸੀ ਨਾ ਕਬਰਿਸਤਾਨ 'ਚ, ਮੈਂ ਤਾਂ ਉਹਦੇ ਬਾਪ ਦਾ ਜਨਾਜ਼ਾ ਉੱਥੇ ਪੜਾਉਣਾ ਸੀ ਅਤੇ ਮੈਂ ਤਾਂ ਉੱਥੇ ਮੌਜੂਦ ਨਹੀਂ ਸੀ, ਮੈਨੂੰ ਇਹ ਵੀ ਡਰ ਸੀ, ਮੈਂ ਕਿਹਾ ਮੁੰਡਾ ਕੋਈ ਕਮਜ਼ੋਰ ਗੱਲ ਕਰੇਗਾ ਤਾਂ ਸਾਡਾ ਕੁਝ ਨਹੀਂ ਰਹਿਣਾ। ਮੈਂ ਕਿ ਉਹਨਾਂ ਕਿਹਾ ਜੀ ਉੱਥੇ ਕਬਰਿਸਤਾਨ 'ਚ ਜਨਾਜ਼ਾ ਹੋਣਾ, ਉਹਨੇ ਕਿਹਾ ਨਹੀਂ ਨਹੀਂ ਇੱਥੇ ਘਰ ਦੇ ਅੰਦਰ ਹੀ ਜਨਾਜ਼ਾ ਪੜੋ, ਅਤੇ ਮੁੰਡੇ ਨੇ ਇਹ ਨਹੀਂ ਕਿਹਾ ਮੈਂ ਕਬਰਿਸਤਾਨ ਜਾਣਾ, ਉੱਥੇ ਹੀ ਕਹਿੰਦਾ ਸਫ ਬਣਾਓ, ਮੌਲਾਨਾ ਗੁਲਾਮ ਗੌਸ ਬਗਦਾਦੀ ਸਾਹਿਬ ਅੱਗੇ ਖੜੇ ਹੋ ਗਏ ਔਰ ਉਹਨੇ ਜਨਾਜ਼ਾ ਪੜਿਆ ਅਤੇ ਬਾਪ ਨੂੰ ਚੁੰਮ ਕੇ ਕਹਿੰਦਾ ਲੱਭੈ ਚਲੋ ਬਾਈ ਚੱਲੀਏ ਵਾਪਸ ਚੱਲੀਏ। ਯੇ ਹੈ ਇਸ਼ਕੇ ਰਸੂਲ, ਹਾਂ ਇਸਕੋ ਕਹਤੇ ਇਸ਼ਕੇ ਰਸੂਲ। ਯੇ ਹਾਂ, 22 ਸਾਲਾ ਮੁੰਡਾ ਹੋਵੇ ਜਾਂ 21 ਸਾਲਾ, 19 ਸਾਲ ਉਸ ਜਿਹੜੀ ਉਮਰ ਹੋਣੀ, 22 ਸਾਲ ਹੋਣੀ, 21 ਸਾਲ ਹੋ ਗਈ ਹੋਣੀ, ਅਤੇ ਮੁੰਡਾ ਆਪਣੇ ਬਾਪ ਦੇ ਜਨਾਜ਼ੇ ਉੱਤੇ ਹਜ਼ੂਰ ਆਸੂ ਵੀ ਨਾ ਪਾਵੇ, ਹੱਥਕੜੀਆਂ ਵੀ ਲੱਗੀਆਂ ਹੋਵਨ ਜੀ, ਤਾਂ ਗੱਲ ਸ਼ਾਹ ਜੀ ਮੁੱਕ ਜਾਂਦੀ ਇੱਥੇ ਆ ਕੇ।